ਪੰਜਾਬ ਵਿੱਚ ਗੁੰਡਾ ਰਾਜ ਹੈ ਅਤੇ ਦੋ ਵਾਰ ਪਾਕਿਸਤਾਨ ਦੇ ਅੱਤਵਾਦੀ ਘੁਸਪੈਠ ਕਰ ਚੁੱਕੇ ਹਨ। ਇਸ ਲਈ ਪੰਜਾਬ ਵਿਧਾਨ ਸਭਾ ਚੋਣਾਂ 'ਚ ਸਿਰਫ ਜ਼ਿਆਦਾ ਸੁਰੱਖਿਆ ਫੋਰਸ ਦੀ ਨਹੀਂ ਬਲਕਿ ਸੈਂਟਰਲ ਫੋਰਸਿਸ ਦੀ ਤੈਨਾਤੀ ਵੀ ਜ਼ਰੂਰੀ ਹੈ। ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਵਿੱਚ ਆਯੋਜਿਤ ਕੀਤੇ ਸਮਾਗਮ ਹਲਕੇ ਵਿੱਚ ਕੈਪਟਨ ਦੌਰਾਨ ਕਹੀ। ਉਹਨਾਂ ਕਿਹਾ ਕਿ ਪੰਜਾਬ ਇਸ ਮੌਕੇ ਬਹੁਤ ਬੁਰੇ ਹਾਲਾਤ 'ਚੋਂ ਗੁਜ਼ਰ ਰਿਹਾ ਹੈ ਅਤੇ ਲੋਕਾਂ ਨੂੰ ਸ਼ਰੇਆਮ ਮਾਰਿਆ ਜਾ ਰਿਹਾ ਹੈ। ਧਰਮ ਗੁਰੂਆਂ ਦੇ ਹਮਲੇ ਹੋ ਰਹੇ ਹਨ ਤੇ ਕਿਸੇ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ 'ਚ ਨਸ਼ੇ ਦੇ ਨਾਲ ਨਾਲ ਗੈਂਗਸਟਰ ਕਲਚਰ ਵੀ ਵੱਧ ਰਿਹਾ ਹੈ ਤੇ ਇਹ ਆਪਸ ਵਿੱਚ ਸਾਰੇ ਜੁੜੇ ਹੋਏ ਹਨ ਤੇ ਇਹਨਾਂ ਦੋਵੇਂ ਧੰਦਿਆਂ ਨੂੰ ਸੱਤਾ ਧਿਰ ਦੀ ਹੀ ਸ਼ਹਿ ਪ੍ਰਾਪਤ ਹੈ। ਕੈਪਟਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਸੰਪਰਕ ਨਹੀਂ ਕੀਤਾ, ਪਰ ਜੇ ਉਹ ਪਾਰਟੀ ਵਿੱਚ ਆਉਣਾ ਚਾਹੁੰਦੇ ਹਨ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਉਹਨਾਂ ਕਿਹਾ ਕਿ ਬਾਦਲ ਦੇ ਸੰਗਤ ਦਰਸ਼ਨਾਂ ਨੂੰ ਸੰਗਤ ਦਰਸ਼ਨ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਲੋਕਾਂ ਤੋਂ ਦੂਰ ਰਹਿੰਦੇ ਹਨ ਅਤੇ ਕਾਂਗਰਸ ਪਾਰਟੀ ਲੋਕਾਂ ਨਾਲ ਸਿੱਧਾ ਸੰਪਰਕ ਕਰ ਰਹੀ ਹੈ। ਉਹਨਾਂ ਦੱਸਿਆ ਕਿ ਅਕਾਲੀ ਦਲ ਦੇ ਕਈ ਲੀਡਰ ਕਾਂਗਰਸ ਵਿੱਚ ਆਉਣਾ ਚਾਹੁੰਦੇ ਹਨ ਪਰ ਉਹ ਅਜੇ ਉਹਨਾਂ ਦੇ ਨਾਮ ਨਹੀਂ ਦੱਸਣਗੇ। ਸਟੇਟਮੈਂਟ ਜੋ ਅੱਜ ਆਈ ਹੈ ਟੈਲੀਵਿਜ਼ਨ 'ਤੇ ਗਲਤ ਹੈ। ਮੈਂ ਕੋਈ ਉਹਦੇ ਨਾਲ ਸੰਪਰਕ ਨਹੀਂ, ਨਾ ਮੈਂ ਉਹਦੇ ਨਾਲ ਕੋਈ ਗੱਲ ਕਹੀ ਹੈ। ਮੈਂ ਜੋ ਗੱਲ ਕਹੀ ਹੈ ਤੁਹਾਡੇ ਰਾਹੀਂ ਕਰੀ ਹੈ ਕਿ ਉਹ ਪੁਰਾਣਾ ਕਾਂਗਰਸ ਫੈਮਿਲੀ ਹੈ ਉਹ ਆਉਣਾ ਚਾਹੁੰਦੇ ਨੇ, ਅਸੀਂ ਬੜੇ ਖੁਸ਼ ਹੋਵਾਂਗੇ। ਆਹੀ ਇੰਨੀ ਗੱਲ ਹੈ ਕਿ ਡਿਪਟੀ ਚੀਫ ਮਿਨਿਸਟਰ ਬਣਾ ਦਿਓ ਫਲਾਣਾ ਉਹ ਅਸੀਂ, ਤੁਸੀਂ ਪੁੱਛਦੇ ਹੈ ਨਹੀਂ, ਮੈਨੂੰ ਆਪ ਹੀ ਲਗਾਈ ਜਾਂਦੇ ਹੋ। ਮੈਂ ਵੀ ਸਮਝਦਾ ਕਿ ਸਿਕਿਉਰਿਟੀ ਫੋਰਸਿਸ ਜ਼ਿਆਦਾ ਆਉਣੀਆਂ ਚਾਹੀਦੀਆਂ ਨੇ, ਬਿਕੋਜ਼ ਇੱਥੇ ਹਾਲਾਤ ਅੱਛੇ ਨਹੀਂ। ਇੱਥੇ ਅਕਾਲੀ ਦਲ ਦੇ ਗੁੰਡਾ ਰਾਜ ਪੂਰਾ ਚੱਲ ਰਿਹਾ ਐਂਡ ਦੇਅਰਫੋਰ ਇਹ ਸਿਕਿਉਰਿਟੀ ਫੋਰਸਿਸ ਜ਼ਿਆਦਾ ਆਉਣੀਆਂ ਚਾਹੀਦੀਆਂ। ਤੁਹਾਨੂੰ ਕੀ ਲੱਗਦਾ, ਤੁਹਾਨੂੰ ਕੀ ਲੱਗਦਾ ਕਿ ਅਸੀਂ ਤਿਆਰ ਨਹੀਂ? ਕਾਂਗਰਸ ਪਾਰਟੀ 100% ਦੀ ਤਿਆਰ ਹੈ ਇਲੈਕਸ਼ਨਾਂ ਵਾਸਤੇ। ਸੰਗਤ ਦਰਸ਼ਨਾਂ ਨਾਲ ਕੁਛ ਨਹੀਂ ਹੋ ਰਿਹਾ, ਇਹ ਜਿਹੜਾ ਹੋਇਆ ਇਟ ਇਜ਼ ਨਾਟ ਅ ਸੰਗਤ ਦਰਸ਼ਨ। ਅਸੀਂ ਮੈਨੀਫੈਸਟੋ ਬਣਾ ਰਹੇ ਹਾਂ ਔਰ ਮੈਂ ਜਾਣਨਾ ਚਾਹੁੰਦਾ ਇਹ ਲੋਕਾਂ ਦਾ ਮੈਨੀਫੈਸਟੋ ਬਣਾ ਰਹੇ ਹਾਂ ਕਿ ਲੋਕਾਂ ਦੀ ਸੋਚ ਕੀ ਹੈ, ਲੋਕਾਂ ਦੇ ਮਨ 'ਚ ਕੀ ਹੈ, ਉਹ ਕੱਢ ਕੇ ਇਹ ਸਾਰੇ ਕਾਗਜ਼ ਮੇਰੇ ਨਾਲ ਜਾ ਰਹੇ ਨੇ ਔਰ ਇਹ ਜਾਣਗੇ ਸਾਡੇ ਮੈਨੀਫੈਸਟੋ ਕਮੇਟੀ ਕੋਲ, ਇਹਦਾ ਨਿਚੋੜ ਕੱਢ ਕੇ ਸਾਡਾ ਪਾਰਟੀ ਪ੍ਰੋਗਰਾਮ ਬਣ ਰਿਹਾ। ਐਡਵਰਟਾਈਜ਼ਿੰਗ ਤਾਂ ਇਹਨਾਂ ਨੇ ਤਾਂ ਮਹਾਲ, ਇਹਨਾਂ ਨੇ ਤਾਂ ਰੋਜ਼ ਹੀ ਦੋ ਵੱਡੇ ਸਫ਼ੇ ਸਾਰੇ ਅਖਬਾਰਾਂ 'ਚ ਆਉਂਦੇ ਨੇ, ਤੁਹਾਡੇ ਟੈਲੀਵਿਜ਼ਨ 'ਤੇ ਆਉਂਦੇ ਨੇ। ਇਹੀ ਆਮ ਆਦਮੀ ਪਾਰਟੀ ਤਾਂ 526 ਕਰੋੜ ਲਾਈ ਬੈਠੀ ਹੈ। ਸ਼ੀਲਾ ਜੀ ਦਾ ਸਿਰਫ 25 ਕਰੋੜ ਸੀ ਬਜਟ, ਇਹ ਤਾਂ 500 ਕਰੋੜ ਇੱਥੇ ਭੇਜ ਰਿਹਾ। ਤੁਹਾਨੂੰ ਪੈਸੇ ਦਿੰਦਾ ਦਿੱਲੀ ਔਰ ਤੁਹਾਤੋਂ ਕੰਮ ਲੈਂਦਾ ਉਰੇ, ਇਹੀ ਕਰਾ ਰਿਹਾ ਜਿਹੜਾ ਹੈ। ਇਹ ਉਹਨਾਂ ਦਾ ਮਰਜ਼ੀ ਹੈ, ਸਾਡਾ ਕੰਮ ਨਹੀਂ। ਮੈਨੂੰ ਕਾਂਗਰਸ ਪਾਰਟੀ ਵੈਦਰ ਆਮ ਆਦਮੀ ਪਾਰਟੀ ਫਟਦੀ ਹੈ ਨਹੀਂ ਫਟਦੀ ਉਹ ਉਹਨਾਂ ਦਾ ਕੰਮ ਹੈ, ਸਾਨੂੰ ਕਾਂਗਰਸ ਦੇ ਬਾਰੇ ਔਰ ਪੰਜਾਬ ਬਾਰੇ ਪੁੱਛ ਲਓ। ਮੈਂ ਕਿਹਾ ਹੋਇਆ ਕਿ ਕੋਈ ਸਾਡਾ ਜਿਹੜਾ MLA ਹੈ ਜੋ ਜਿੱਤੇਗਾ ਉਹਨੂੰ ਟਿਕਟ ਚੇਅਰਮੈਨਸ਼ਿਪ ਨਹੀਂ ਮਿਲੇਗੀ। ਦੇਵਾਂਗੇ ਅਸੀਂ ਉਹਨਾਂ ਨੂੰ ਜਿਨ੍ਹਾਂ ਨੇ ਸਾਡੇ ਪਾਰਟੀ ਕੈਂਡੀਡੇਟ ਦੀ ਮਦਦ ਕਰਾ ਕੇ ਉਹਨਾਂ ਨੂੰ ਜਿਤਾਉਣਗੇ ਔਰ ਉਹਨਾਂ ਨੂੰ ਅੱਜ ਅਸੀਂ ਟਿਕਟ ਨਹੀਂ ਦੇ ਸਕਦੇ ਉਹਨਾਂ ਨੂੰ ਮੈਂ ਚੇਅਰਮੈਨਸ਼ਿਪ ਦੇਵਾਂਗਾ। ਬਾਹਰ ਕਿਹੜੇ ਰਹਿ ਗਏ, ਕੋਈ ਬਾਹਰ ਨਹੀਂ। ਲਾਸਟ ਮਿਨਟ ਕੋਈ ਆ ਜਾਏ, ਕੋਈ ਆ ਜਾਏ ਤੇ ਪਤਾ ਨਹੀਂ। ਅਮਨ ਅਰੋੜਾ ਤਾਂ ਉਧਰਲੇ ਪਾਸੇ ਬੈਠਾ ਸੀ, ਉਹ ਅਮਨ ਅਰੋੜਾ ਕਿੱਧਰੋਂ ਆਊਗਾ? ਮੰਚ ਤਾਂ ਤੁਸੀਂ ਦੱਸ ਰਹੇ ਸੀ ਕਦ ਤੱਕ ਤੁਹਾਡੀ ਟਿਕਟਾਂ ਦੀ ਲਿਸਟ ਕਦ ਤੱਕ ਜਾਰੀ ਕਰਨ ਦਾ ਫੈਸਲਾ ਕਿਹੜਾ ਜੀ? ਜੇ ਟਿਕਟਾਂ ਨੇ ਕਦ ਤੱਕ ਲਿਸਟ ਆਣੀ? ਦੇਖੋ 1671 ਕਾਗਜ਼ ਨੇ, ਉਹਨਾਂ ਦੀ ਫਾਈਲਾਂ ਬਣਨੀਆਂ ਨੇ, ਉਹਨਾਂ ਨੂੰ 10 ਕੁ ਦਿਨ ਲੱਗ ਜਾਣਗੇ, ਫਿਰ ਇਹ ਜਾਣਗੀਆਂ ਦਿੱਲੀ। ਦਿੱਲੀ ਜਾ ਕੇ ਸਾਡੇ ਸਕਰੂਟਨੀ ਕਮੇਟੀ ਬੈਠੇਗੀ, ਉਹ ਤੋਂ ਬਾਅਦ ਇਹ ਪਹੁੰਚਣਗੀਆਂ ਕਾਂਗਰਸ ਪ੍ਰੈਜ਼ੀਡੈਂਟ ਕੋਲ। ਤਾਂ ਮੈਂ ਸਮਝਦਾ ਕਿ 9ਵੇਂ ਮਹੀਨੇ ਦੇ ਅਖੀਰ ਦੇ ਵਿੱਚ ਜਾ ਕੇ ਮੁੱਕ ਜਾਣੀ ਹੈ। ਸਰ ਪਹਿਲਾਂ ਨਾ ਵਰਕਰਾਂ ਛੋਟੀ ਜਿਹੀ ਕੰਪਲੇਂਟ ਰਹੀ ਹੈ ਕਿ ਤੁਹਾਨੂੰ ਮਿਲਣਾ ਮੁੱਖ ਮੰਤਰੀ ਤੋਂ ਬਾਅਦ ਬੜਾ ਔਖਾ ਸੀ, ਕਿ ਇਸ ਵਾਰ ਇਸ ਤਰ੍ਹਾਂ ਦਾ ਕੋਈ ਸਿਸਟਮ ਬਣੇਗਾ? ਤੁਹਾਨੂੰ ਕੌਣ ਦੱਸਦਾ ਕਿ ਸਾਰੇ ਵਰਕਰ ਕਿਹੜੇ ਵਰਕਰ ਜਿੰਨੇ ਵੀ ਸੀ? ਤੁਸੀਂ ਆਪਣੇ ਘਰ ਬੈਠੇ ਵਰਕਰ ਬਣਾਏ ਜਾਂਦੇ ਹੋ, ਤੁਹਾਡੇ ਪਿੱਛੇ ਖੜੇ ਅੱਜ ਵੀ ਗੱਲ ਕਰ ਰਹੇ ਸੀ ਕਿ ਕੋਈ ਇਸ ਤਰ੍ਹਾਂ ਸਿਸਟਮ ਬਣੇਗਾ? ਕੀ ਸਿਸਟਮ ਬਣੇਗਾ? ਜੋ ਸਿਸਟਮ ਹੈ ਉਹ ਚੱਲ ਰਿਹਾ। ਅੱਜ ਮੈਨੂੰ ਪੰਜਾਬ ਕਿਉਂ ਚਾਹੁੰਦਾ ਦੱਸੋ, ਅਗਰ 10 ਸਾਲ 20 ਸਾਲ ਤੋਂ ਮੈਂ ਨਹੀਂ ਮਿਲਿਆ ਕਿਸੇ ਨੂੰ? ਨਹੀਂ, ਪੰਜਾਬ ਚਾਹੁੰਦਾ ਜੀ ਤੁਹਾਡੇ ਵਰਕਰਾਂ ਨੂੰ ਤੁਹਾਨੂੰ ਮਿਲਣਾ ਈਜ਼ੀ ਹੁੰਦਾ। ਥੋੜਾ ਖਿਆਲ ਮੇਰੇ ਵਰਕਰ ਅਗਰ ਪੰਜਾਬ ਨੂੰ ਮਿਲਣਾ, ਆਪਣੇ ਵਰਕਰਾਂ ਨੂੰ ਨਾ ਮਿਲਾਂ ਮੈਂ?
किसी नाल भी नहीं, दोनों बिल्कुल थले ने, देयर नथिंग। की चीज चोणा दा पूरा सिस्टम, सिक्योरिटी दा सिस्टम, सेंट्रल फोर्सेस आउणगियां, डेफिनेटली आउणगियां। देखो अजकल जमाना कुछ ठीक नहीं रहा, दो बार तो थोड़ा दाखला हो गया पाकिस्तानी फोर्सेस का, एक दीनानगर और एक थोड़ा पठानकोट, वो पंजाब च होया है। इतने भी हालात बिगाड़न कोई कसर छड़ी गई, थोड़ा गुरुद्वारे गुरु ग्रंथ साहब के पन्ने फाड़ते बैबल कलां, थोड़ी गीता फाड़ती उत्थे लुधियाने, थोड़ी इतने मरेरकोटले तुसी कुरान शरीफ फाड़ती, सन ढंडरिया वाले ते गोली चलाती, तुसी नामधारी वाले गुरु जी नूं मारता बीबी जी नूं, और फिर तुसी RSS ते जिहड़े ब्रिगेडियर साहब से उन्हां ते गोली मारी, वो बेचारे पता नहीं जीवंदे रहणगे या नहीं। ये तो पंजाब की आब हवा खराब हो रही है और इस करके सिक्योरिटी फोर्सेस एसेंशियल ने जिले दे विचों। ਅਕਾਲੀ ਲੀਡਰ ਸੰਪਰਕ ਚ ਹੈਗੇ ਨੇ ਜਿਹੜੇ ਕਾਂਗਰਸ ਚ ਆਣਾ ਚਾਹਦੇ ਨੇ। ਹੈ ਪਰ ਮੈਂ ਦੱਸਣ ਨਹੀਂ ਲੱਗਿਆ ਤੁਹਾਨੂੰ ਕੌਣ MLA ਨਹੀਂ ਹੈ, ਮੈਂ ਹੁਣ ਜਦ ਆਊ ਉਦੋਂ ਤੁਹਾਨੂੰ ਦੱਸਾਂਗਾ। ਥੈਂਕ ਯੂ ਸੋ ਮਚ। ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ, ਜਗਸੇਵਕ ਵੈਬ ਟੀਵੀ। ਓਡੀਓ ਜੰਗਲ।